ਅੱਜ ਆਪਾਂ ਸਾਰੀ ਇੰਟਰਮੀਟਿੰਗ ਫਾਸਟਿੰਗ ਬਾਰੇ ਗੱਲ ਕਰਾਂਗੇ ਤਾਂ ਕਿ ਆਪਾਂ ਇਹਨੂੰ ਸਹੀ ਤਰੀਕੇ ਨਾਲ ਕਰਕੇ ਵਧੀਆ ਰਿਜ਼ਲਟ ਲਈਏ, ਆਪਾਂ ਨੂੰ ਸਾਈਡ ਇਫੈਕਟ ਨਾ ਹੋਣ, ਗੁੱਡ ਨੌਲੇਜ ਨਾਲ ਇਹਨੂੰ ਕਰੀਏ ਜੇ ਕਰਨੀ ਵੀ ਆ। ਕਿਉਂਕਿ ਹੁਣ ਆਪਣਾ ਜਿਹੜਾ ਯੂਟਿਊਬ ਚੈਨਲ ਆ ਪੰਜਾਬ ਦੇ ਵਿੱਚ ਫਾਸਟਿੰਗ ਦੇ ਵਿੱਚ ਲੀਡਿੰਗ ਚੈਨਲ ਹੈ, ਜਿਹੜਾ ਫਾਸਟਿੰਗ ਨੂੰ ਪ੍ਰਮੋਟ ਕਰ ਰਿਹਾ ਲੋਅ ਕਾਰਬ ਡਾਈਟ ਨੂੰ, ਜਾਂ ਫਿਰ ਇੰਡੀਆ ਦੇ ਵਿੱਚੋਂ ਵੀ ਸਾਰਿਆਂ ਨੂੰ ਜ਼ਿਆਦਾ ਇਨਫੋਰਮੇਸ਼ਨ ਯੂਟਿਊਬ ਦੇ ਥਰੂ ਆਪਾਂ ਦਿੰਦੇ ਹਾਂ ਫਾਸਟਿੰਗ ਬਾਰੇ, ਲੋਅ ਕਾਰਬ ਬਾਰੇ। ਮੋਸਟਲੀ ਇੱਧਰ ਬਾਹਰ ਅਮੈਰੀਕਾ ਦੇ ਜਿਹੜੇ ਟੌਪ ਦੇ ਯੂਟਿਊਬਰ ਨੇ ਜਾਂ ਕੋਈ ਵੀ ਬੰਦੇ ਨੇ ਵਧੀਆ ਡਾਕਟਰ ਸਾਇੰਟਿਸਟ, ਉਹ ਲੋਅ ਕਾਰਬ ਕੀਟੋ ਜਾਂ ਫਾਸਟਿੰਗ ਨੂੰ ਪ੍ਰਮੋਟ ਕਰਦੇ ਨੇ, ਜਿਹੜੇ ਟੌਪ ਦੇ ਡਾਈਟੀਸ਼ੀਅਨ ਨੇ। ਪਰ ਆਪਾਂ ਹੁਣ ਸ਼ੁਰੂ ਕਰਦੇ ਹਾਂ, ਕਈ ਵਾਰ ਪਹਿਲਾਂ ਤਾਂ ਕਈ ਨਵੀਂ ਚੈਨਲ 'ਤੇ ਆਡੀਅੰਸ ਆ ਜਾਂਦੀ ਹੈ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹ ਕਹਿੰਦੇ ਨੇ ਯਾਰ 16:8 ਕੀ ਹੁੰਦੀ ਹੈ, ਫਾਸਟਿੰਗ ਕੀ ਹੁੰਦੀ ਹੈ। ਫਾਸਟਿੰਗ ਮਤਲਬ ਆਪਾਂ ਸ਼ਬਦ ਤਾਂ ਸੁਣਿਆ ਹੋਊਗਾ, ਬ੍ਰੇਕਫਾਸਟ, ਜਿਹੜਾ ਸਵੇਰੇ ਉੱਠ ਕੇ ਪਹਿਲੀ ਮੀਲ ਲੈਂਦੇ ਆ ਉਹਨੂੰ ਬ੍ਰੇਕਫਾਸਟ ਕਹਿੰਦੇ ਨੇ, ਕਿਉਂਕਿ ਰਾਤ ਦਾ ਫਾਸਟ ਤੋੜਦੇ ਹਾਂ, ਰਾਤ ਦੇ ਭੁੱਖੇ ਹੁੰਦੇ ਆ, ਸਵੇਰੇ ਬ੍ਰੇਕਫਾਸਟ ਕਰਦੇ ਹਾਂ। ਅਤੇ ਫਾਸਟਿੰਗ ਹੁੰਦੀ ਆ ਟਾਈਮ ਰੀਸਟ੍ਰਿਕਟਡ ਈਟਿੰਗ, ਕਿ ਯਾਰ 8 ਘੰਟੇ ਦੇ ਵਿੱਚ ਟਾਈਮ, ਇੱਕ ਟਾਈਮ ਡਿਸਾਈਡ ਕਰਨਾ ਕਿ ਇੰਨੇ ਟਾਈਮ 'ਚ ਫੂਡ ਖਾਣਾ, ਇੰਨੇ 'ਚ ਖਾਣਾ ਨਹੀਂ। ਜੇ ਨੋਰਮਲੀ ਬੇਸ ਲੈਣ ਆਪਾਂ ਇਹਦੀ ਇਨਫੋਰਮੇਸ਼ਨ, ਬੇਸਿਕ ਇਨਫੋਰਮੇਸ਼ਨ ਇਹ ਹੁੰਦੀ ਹੈ ਕਿ ਤੁਸੀਂ 8 ਵਜੇ ਜੇ ਡਿਨਰ ਕਰਦੇ ਹੋ ਤਾਂ ਤੁਸੀਂ ਦੂਜੇ ਦਿਨ ਦੁਪਹਿਰ ਦੇ 12 ਤੱਕ ਤੁਹਾਡੇ 16 ਘੰਟੇ ਬਣ ਗਏ, ਤਾਂ ਉਹ 16 ਘੰਟੇ ਦਾ ਫਾਸਟ ਕਰਨਾ, ਮਤਲਬ ਜਿਹੜਾ ਬ੍ਰੇਕਫਾਸਟ ਆ ਉਹ ਨਹੀਂ ਕਰਨਾ, ਉਹਨੂੰ ਫਰਦਰ ਪੁਸ਼ ਕਰਨਾ 12 ਵਜੇ ਤੱਕ, ਕਿਉਂਕਿ ਉਹ ਟਾਈਮ ਫਿਰ ਬੋਡੀ ਫੈਟ ਬਰਨ ਕਰਦੀ ਆ। ਅੱਜ ਆਪਾਂ ਬੈਨੀਫਿਟ ਦੀ ਗੱਲ ਨਹੀਂ ਕਰਨੀ, ਅੱਜ ਆਪਾਂ ਇੱਦਾਂ ਗੱਲ ਕਰਨੀ ਆ ਕਿ ਇਹਨੂੰ ਕਰਨਾ ਕਿਵੇਂ ਸਹੀ ਤਰੀਕੇ ਨਾਲ। 24 ਘੰਟੇ ਦੇ ਵੀ ਲੋਕ ਫਾਸਟ ਕਰਦੇ ਨੇ, ਫਿਰ 36 ਦਾ ਵੀ ਕਰਦੇ ਨੇ, 48 ਦਾ ਵੀ ਕਰਦੇ ਨੇ, ਡਿਫਰੈਂਟ ਡਿਫਰੈਂਟ ਬੈਨੀਫਿਟ ਲੈਣ ਲਈ। ਪ੍ਰੋਬਲਮ ਕਿੱਥੇ ਆਉਂਦੀ ਆ, ਕਿਉਂਕਿ ਹੁਣ ਆਪਣੀ ਬੋਡੀ ਉੱਠ ਕੇ ਸ਼ੂਗਰ ਮੰਗਦੀ ਆ, ਆਪਣੀ ਬੋਡੀ ਨੂੰ ਲੋੜ ਨਹੀਂ ਹੁੰਦੀ, ਪਰ ਆਪਾਂ ਸਵੇਰੇ ਉੱਠ ਕੇ ਬ੍ਰੈਡ ਖਾਂਦੇ ਹਾਂ, ਓਟ ਮੀਲ ਖਾਂਦੇ ਹਾਂ, ਜਾਂ ਕੋਈ ਵੀ ਕਾਰਬ ਵਾਲਾ ਜਿਹੜਾ ਬ੍ਰੇਕਫਾਸਟ ਕਰਦੇ ਹਾਂ, ਕਿਉਂਕਿ ਆਪਾਂ ਨੂੰ ਇਹ ਕਿਹਾ ਜਾਂਦਾ ਕਿ એનર્ਜੀ ਚਾਹੀਦੀ ਸਾਨੂੰ ਸਵੇਰੇ ਬ੍ਰੇਕਫਾਸਟ ਕਰੋ, ਸੋ ਉਹਦੇ ਕਰਕੇ ਜਦੋਂ ਉਹ ਮੀਲ ਸਕਿਪ ਹੁੰਦੀ ਆ ਉੱਥੇ ਆਪਣਾ ਬਲੱਡ ਸ਼ੂਗਰ ਅਪ ਡਾਊਨ ਹੁੰਦਾ, ਤਾਂ ਤੁਹਾਨੂੰ ਪ੍ਰੋਬਲਮ ਤਾਂ ਆਉਂਦੀ ਆ ਕਿਉਂਕਿ ਆਪਣੀ ਬੋਡੀ ਫੂਡ ਖਾਣ 'ਤੇ ਲੱਗੀ ਹੋਈ ਆ, ਇਹ ਆਪਣੀ ਬੋਡੀ ਵਾਲੀ ਫੈਟ ਯੂਜ਼ ਨਹੀਂ ਕਰਦੀ। 300 ਕੁਛ ਦਿਨ ਦਾ ਬੰਦੇ ਨੇ ਫਾਸਟ ਕਰਿਆ, ਜਸਟ ਉਹਨੇ ਪਾਣੀ ਪੂਣੀ ਲਿੱਤਾ, ਮਿਨਰਲ ਲਿੱਤੇ ਨੇ ਫੂਡ ਤੋਂ ਬਿਨਾਂ, ਮਤਲਬ ਆ ਜਿਹੜੀ ਆਪਣੀ ਬੋਡੀ 'ਤੇ ਫੈਟ ਆ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ, ਜਿਹੜਾ ਆਪਣਾ ਮਾਸ ਆ ਚਾਹੇ ਉਹ ਢਿੱਡ 'ਤੇ ਚੜਿਆ ਜਿੱਥੇ ਮਰਜ਼ੀ ਸਰੀਰ 'ਤੇ ਆ, ਉਹ ਤੋਂ ਬੋਡੀ એનર્ਜੀ ਲੈਂਦੀ ਆ, ਉਹ એનર્ਜੀ ਨੂੰ ਕੀਟੋਨ ਕਹਿੰਦੇ ਨੇ, ਠੀਕ ਆ। ਪਰ ਆਪਾਂ ਸ਼ੂਗਰ 'ਤੇ ਲੱਗਿਆ, ਆਪਾਂ ਫੂਡ 'ਤੇ ਲੱਗਿਆ, ਉਹ ਫੂਡ ਤੋਂ ਬਿਨਾਂ ਆਪਣਾ ਤੋਂ 12 ਤੱਕ ਜਾ ਨਹੀਂ ਹੁੰਦਾ, ਆਪਣਾ ਸਿਰ ਦੁੱਖਦਾ, ਆਪਣੀ એનર્ਜੀ ਲੋ ਪੈਂਦੀ ਆ। ਉਹ ਜਿਹੜਾ ਟਾਈਮ ਆ ਉਹਦੇ ਵਿੱਚ ਤੁਹਾਨੂੰ ਕੁਛ ਚੀਜ਼ਾਂ ਹੈਲਪ ਕਰਨਗੀਆਂ, ਇੱਕ ਤਾਂ 5-7 ਦਿਨੇ ਲੱਗਣਗੇ ਤੁਹਾਨੂੰ ਜਦੋਂ ਤੁਹਾਡੀ ਬੋਡੀ ਤੁਹਾਡੀ ਆਪਦੀ ਫੈਟ ਤੋਂ એનર્ਜੀ ਲੈਣ ਲੱਗ ਗਈ ਬਿਨਾਂ ਫੂਡ ਤੋਂ, ਫਿਰ ਤੁਹਾਨੂੰ ਈਜ਼ੀ ਹੋ ਜੂਗਾ। ਜੇ ਤੁਹਾਡਾ ਸਿਰ ਦੁੱਖਦਾ, ਫਾਸਟਿੰਗ ਦੇ ਵਿੱਚ ਮੋਸਟਲੀ ਆਪਾਂ ਨੂੰ ਪਿੰਕ ਸਾਲਟ, ਤੁਸੀਂ ਜਿਹਨੂੰ ਹਿਮਾਲਿਆ ਪਿੰਕ ਸਾਲਟ ਕਹਿੰਦੇ ਨੇ, ਚਿੱਟਾ ਲੂਣ ਨਹੀਂ, ਪਿੰਕ ਸਾਲਟ ਲੈਣਾ, ਉਹਦੇ ਵਿੱਚ ਮਿਨਰਲ ਬਹੁਤ ਹੁੰਦੇ ਨੇ, ਮੈਗਨੀਸ਼ੀਅਮ ਵਗੈਰਾ ਹੁੰਦਾ, ਸੋ ਸੋਡੀਅਮ ਆਪਾਂ ਨੂੰ ਲੋੜ ਹੁੰਦੀ ਹੈ ਸੋਡੀਅਮ ਦੀ, ਕਿਉਂਕਿ ਆਪਣੀ ਬੋਡੀ ਫੂਡ ਤੋਂ ਬਿਨਾਂ ਰਹਿ ਸਕਦੀ ਆ, ਪਰ ਜਿਹੜਾ ਸੋਡੀਅਮ ਆ ਸੋਡੀਅਮ ਤੋਂ ਬਿਨਾਂ ਆਪਣੇ ਜਿਹੜੇ ਪ੍ਰੋਪਰ ਬੋਡੀ ਫੰਕਸ਼ਨ ਨਹੀਂ ਕਰਦੀ ਹੈਗੀ। ਸੋ ਜਿਹੜੇ ਉਹ 12 ਤੱਕ ਤੁਹਾਡਾ ਟਾਈਮ ਆ ਉਹ 'ਚ ਤੁਸੀਂ 1-2 ਚੁਟਕੀਆਂ ਪਾਣੀ ਦੇ ਵਿੱਚ ਕਦੇ ਕਦੇ ਨਾ ਲੂਣ ਪਾ ਕੇ ਪੀ ਸਕਦੇ ਹੋ, ਜੇ ਤੁਹਾਡਾ ਸਿਰ ਦੁੱਖਦਾ ਉਹਦੇ ਨਾਲ ਤੁਹਾਡਾ ਸਿਰ ਸੁਰ ਵੀ ਦੁੱਖਣਾ ਹਟ ਜੂ, એનર્ਜੀ ਵੀ ਤੁਹਾਡੀ ਬੈਲਸ ਰਹੂਗੀ, ਕਿਉਂਕਿ ਇਲੈਕਟ੍ਰੀਸਿਟੀ ਹੁੰਦੀ ਆ, ਇਹਨਾਂ ਨੂੰ ਕਹਿੰਦੇ ਨੇ ਇਲੈਕਟ੍ਰੋਲਾਈਜ਼, ਸੋਡੀਅਮ ਹੁੰਦਾ, ਮੈਗਨੀਸ਼ੀਅਮ ਹੁੰਦਾ, ਪੋਟਾਸ਼ੀਅਮ ਹੁੰਦਾ, ਇਹ ਜਿਹੜੇ ਮਿਨਰਲ ਨੇ ਇਹ ਆਪਾਂ ਨੂੰ ਚਾਹੀਦੇ ਹੁੰਦੇ ਨੇ, ਆਪਣੀ ਬੋਡੀ ਇਹਨਾਂ ਤੋਂ એનર્ਜੀ ਬਣਾਉਂਦੀ ਆ, ਫੂਡ ਤੋਂ ਬਿਨਾਂ ਲੰਬਾ ਜਾ ਸਕਦੀ ਹੈ ਜਿਵੇਂ ਮੈਂ ਕਿਹਾ। ਸੋ ਹੁਣ ਇੱਕ ਇਹ ਚੀਜ਼ ਇੱਕ ਹੁੰਦੀ ਆ, ਜੇ ਤੁਸੀਂ ਤੁਹਾਨੂੰ ਜ਼ਿਆਦਾ ਹੀ ਸਟਰਗਲ ਕਰਦੇ ਹੋ ਸਿਰਫ ਸਟਾਰਟਿੰਗ ਦੇ ਵਿੱਚ, ਬਾਅਦ ਚੋਂ ਨਹੀਂ, MCT ਓਇਲ ਕੋਕੋਨਟ ਓਇਲ 'ਚੋਂ ਕੱਢਿਆ ਹੁੰਦਾ। MCT ਓਇਲ ਕੀ ਹੁੰਦਾ, ਤੁਹਾਡੀ ਬੋਡੀ 'ਤੇ ਜਾ ਕੇ ਐਜ਼ ਆ એનર્ਜੀ ਕਨਵਰਟ ਹੁੰਦਾ, ਸਟੋਰ ਨਹੀਂ ਹੁੰਦਾ, ਕਿਉਂਕਿ ਉਹ ਸਿੱਧਾ ਲੀਵਰ 'ਚ ਜਾ ਕੇ ਕੀਟੋਨ ਪ੍ਰੋਡਿਊਸ ਕਰਦਾ। ਅਤੇ ਜੇ ਤੁਸੀਂ ਇੰਡੀਆ ਹੋ, ਤੁਹਾਡੇ ਕੋਲ MCT ਓਇਲ ਨਹੀਂ ਹੈਗਾ, ਤੁਸੀਂ ਆਪਣੀ ਬਲੈਕ ਕੌਫੀ ਦੇ ਵਿੱਚ ਜਾਂ ਗ੍ਰੀਨ ਟੀ ਦੇ ਵਿੱਚ, ਫਾਸਟ ਟਾਈਮ ਦੇ ਵਿੱਚ ਆਪਾਂ ਬਲੈਕ ਕੌਫੀ ਲੈ ਸਕਦੇ ਹਾਂ ਬਿਨਾਂ ਸ਼ੂਗਰ ਦੀ, ਬਿਨਾਂ ਮਿਲਕ ਦੀ, ਗ੍ਰੀਨ ਟੀ ਵੀ ਲੈ ਸਕਦੇ ਹਾਂ, ਕੋਈ ਹਰਬਲ ਟੀ ਲੈ ਸਕਦੇ ਹਾਂ, ਅਤੇ ਜਾਂ ਸਿੰਪਲ ਪਾਣੀ ਪੀ ਸਕਦੇ ਹਾਂ। ਅਤੇ ਉਹਨਾਂ 'ਚੋਂ ਕਿਸੇ ਵੀ ਚੀਜ਼ ਨਾਲ, ਚਾਹੇ ਬਲੈਕ ਕੌਫੀ ਨਾਲ, ਤੁਸੀਂ MCT ਓਇਲ ਜੇ ਨਹੀਂ ਹੈਗਾ ਤੁਹਾਡੇ ਕੋਲ, ਤੁਸੀਂ ਕੋਕੋਨਟ ਓਇਲ ਪਾ ਸਕਦੇ ਹੋ, ਐਕਸਟਰਾ ਵਰਜਨ, ਇੱਕ ਸਿਰ ਨੂੰ ਲਾਉਣੇ ਵਾਲਾ ਆਉਂਦਾ ਉਹਨਾਂ ਲੈ ਲਿਓ, ਜਾਂ ਫਿਰ ਤੁਸੀਂ ਪਾ ਸਕਦੇ ਹੋ ਦੇਸੀ ਘਿਓ ਕਾਓ ਦਾ, ਮੈਂ ਇਸ ਤਰ੍ਹਾਂ ਨਾ ਪਾਇਓ, ਉਹਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਫੈਟ ਮਿਲਦੀ ਹੈ, ਕਾਓ ਦਾ ਜ਼ਿਆਦਾ ਵਧੀਆ ਮੰਨਿਆ ਗਿਆ। ਸੋ ਹੁਣ ਇੱਕ ਚਮਚਾ ਨਾ 10 ਜਾਂ 14 ਗ੍ਰਾਮ ਤੱਕ, ਚਾਹੇ MCT ਓਇਲ ਹੋਵੇ, ਚਾਹੇ ਕੋਕੋਨਟ ਓਇਲ ਹੋਵੇ ਐਕਸਟਰਾ ਵਰਜਨ, ਚਾਹੇ ਤੁਹਾਡਾ ਹੋਵੇ ਦੇਸੀ ਘਿਓ, ਉਹ ਜਿਹੜੀ ਫੈਟ ਆ ਰਹੀ ਆ ਉਹ ਆਪਣੇ ਬਲੱਡ ਸ਼ੂਗਰ 'ਤੇ ਹੁਣ ਅਸਰ ਨਹੀਂ ਪਾਊਗੀ, ਕਿਉਂਕਿ ਫੈਟ 'ਚ ਕਾਰਬ ਹੁੰਦਾ ਨਹੀਂ, ਉਹ ਇੱਕ ਸਮਝ ਲਓ ਫਾਸਟ ਨਾ ਮਿਮਿਕ ਇਹ ਚੀਜ਼ ਹੋ ਜਾਂਦੀ ਆ, ਕਿ ਆਪਾਂ ਸਿਰਫ ਆਪਣੀ ਬੋਡੀ ਨੂੰ ਸਪੋਰਟ ਕਰਨ ਲਈ ਉਹਨਾਂ ਚਿਰ ਉਹ ਚੀਜ਼ ਯੂਜ਼ ਕਰਨੀ ਆ, ਤਾਂ ਕਿ ਆਪਣੀ ਬੋਡੀ ਨੂੰ એનર્ਜੀ ਨਾ ਲੱਗੇ, ਆਪਾਂ ਨੂੰ ਉਹ ਤੋਂ ਫੈਟ ਤੋਂ એનર્ਜੀ ਮਿਲੇ। ਸੋ ਉਸ ਤੋਂ ਬਾਅਦ ਜਦੋਂ ਆਪਣੀ ਬੋਡੀ ਯੂਜ਼ਡ ਹੋ ਗਈ, ਆਪਾਂ ਨੂੰ ਕੋਈ એનર્ਜੀ ਲੋਅ ਨਹੀਂ ਲੱਗੀ ਹੈਗੀ, ਹੈ ਨਾ, ਤਾਂ ਫਿਰ ਤੁਸੀਂ ਜਿਹੜਾ MCT ਓਇਲ ਜਾਂ ਘਿਓ ਘੂ ਆਪਣੀ ਡਾਇਟ 'ਚੋਂ ਕੱਢ ਦੇਣਾ, ਫਿਰ ਤੁਸੀਂ ਓਨਲੀ ਵਾਟਰ, ਗ੍ਰੀਨ ਟੀ, ਬਲੈਕ ਕੌਫੀ ਲੈ ਸਕਦੇ ਹੋ 12 ਤੱਕ, ਉਦੋਂ ਬਾਅਦ ਆਪਣਾ ਫੂਡ ਸਟਾਰਟ ਕਰਨਾ। ਹੁਣ ਜਦੋਂ ਤੁਸੀਂ ਲੰਬਾ ਫਾਸਟ ਕਰਦੇ ਹੋ, ਦੇਖੋ ਜਿਹੜੇ ਮੈਂ ਤੁਹਾਨੂੰ
ਇੰਨਾ ਕੁ ਤਾਂ ਬੰਦੇ ਉਂ ਦਸ ਦੋਸਤ ਕਈ ਖਾਣ ਨੂੰ ਬਚਾ ਦਿੰਦੇ ਨੇ ਹੈ ਨਾ। ਜੇ ਤੁਸੀਂ ਬਹੁਤ ਓਵਰ ਵੇਟ ਹੋ, ਫਾਸਟ ਟਾਈਮ ਦੇ ਵਿੱਚ ਤੁਹਾਨੂੰ ਪਤਾ ਆਪਣੀ ਬੋਡੀ ਤੋਂ ਫੈਟ ਲੈਂਦੀ ਹੈ, ਜਿਵੇਂ ਮੈਂ ਪਹਿਲਾਂ ਕਿਹਾ ਸੀ ਥੋੜ੍ਹੀ ਫੈਟ ਬਰਨ ਹੁੰਦੀ ਆ, ਉੱਦਾਂ ਵੀ ਬੋਡੀ ਬਹੁਤ ਰਿਕਵਰ ਹੁੰਦੀ ਆ, ਆਪਾਂ ਗੱਲ ਕਰਾਂਗੇ। ਸੋ ਜੇ ਤੁਸੀਂ 24-20 ਘੰਟੇ ਦਾ ਫਾਸਟ ਕਰਦੇ ਹੋ ਤਾਂ 3 ਘੰਟੇ ਦੇ ਵਿੱਚ ਨੈਕਸਟ 'ਚ ਈਟਿੰਗ ਵਿੰਡੋ ਰੱਖਣੀ ਆ, ਜਾਂ 36 ਦਾ ਕਰਦੇ ਹੋ ਉਦੋਂ ਜਦੋਂ ਤੁਸੀਂ ਐਨਰਜੀ ਤੁਹਾਨੂੰ ਜ਼ਿਆਦਾ ਲੋਅ ਲੱਗਦੀ ਆ, ਤਾਂ ਤੁਸੀਂ ਆਪਣੇ ਫਾਸਟ ਟਾਈਮ ਦੇ ਵਿੱਚ ਮੈਗਨੀਸ਼ੀਅਮ ਦਾ ਸਪਲੀਮੈਂਟ ਲੈ ਸਕਦੇ ਹੋ, ਪੋਟਾਸ਼ੀਅਮ ਦਾ ਸਪਲੀਮੈਂਟ ਲੈ ਸਕਦੇ ਹੋ, ਅਤੇ ਸੋਡੀਅਮ ਦੇ ਵਿੱਚੋਂ ਜਿਹੜਾ ਸਾਲਟ ਆ, ਪਿੰਕ ਸਾਲਟ ਆ, ਉਹਦੇ ਵਿੱਚ ਆਪਾਂ ਨੂੰ ਸੋਡੀਅਮ ਤਾਂ ਮਿਲੇ ਜਾਣਾ। ਹੁਣ ਜਦੋਂ ਆਪਾਂ ਮੰਨ ਲਓ ਆਪਣਾ ਫਾਸਟ ਤੋੜਨਾ, ਜਿਵੇਂ ਮੈਂ ਕਿਹਾ 16-8 ਦੀ ਕੋਈ ਪ੍ਰੋਬਲਮ ਨਹੀਂ ਹੈਗੀ, 16-8 ਦਾ ਤਾਂ ਕੋਈ ਚੱਕਰ ਨਹੀਂ ਹੈਗਾ, ਬਹੁਤ ਛੋਟਾ ਫਾਸਟ ਆ। ਜੇ ਤੁਸੀਂ 20 ਘੰਟੇ ਬਾਅਦ ਖਾ ਰਹੇ ਹੋ, ਜਾਂ ਫਿਰ 36 ਘੰਟੇ ਦਾ ਫਾਸਟ ਕਰਦੇ ਹੋ ਹਫ਼ਤੇ 'ਚ ਇੱਕ ਦੀ ਵਾਰ, ਜਾਂ ਲੌਂਗ ਫਾਸਟ ਕਰਦੇ ਹੋ 48 ਘੰਟੇ ਦਾ, ਜਦੋਂ ਆਪਾਂ ਫਾਸਟ ਕਰਦੇ ਹਾਂ ਆਪਣੇ ਢਿੱਡ ਦੇ ਸਾਰਿਆਂ ਨਾਲੋਂ ਬੈਨੀਫਿਟ ਇੱਕ ਲੋਕ ਇਹਨੂੰ ਢਿੱਡ ਦੀ ਹੈਲਥ ਲਈ ਕਰਦੇ ਨੇ, ਕਿਉਂਕਿ ਢਿੱਡ ਦੇ ਵਿੱਚੋਂ ਸਾਰੀਆਂ ਪ੍ਰੋਬਲਮਾਂ ਸ਼ੁਰੂ ਹੁੰਦੀਆਂ ਨੇ, ਜਿਹੜਾ ਆਪਣਾ ਗੱਟ ਆ, ਡਿਪਰੈਸ਼ਨ ਤੋਂ ਲੈ ਕੇ ਹਰ ਇੱਕ ਚੀਜ਼। ਮੰਨ ਲਓ ਹੁਣ ਟੈਂਕੀ ਇਹ ਆ, ਇੱਥੇ ਕਚਰਾ ਗਿਆ, ਸਾਰਾ ਕੰਮ ਖੜ ਜਾਣਾ। ਆਪਾਂ ਜਦੋਂ ਵੀ ਆਪਣਾ ਲੌਂਗ ਫਾਸਟ ਤੋੜਨਾ ਤਾਂ ਤੁਸੀਂ ਉਹਨੂੰ ਬੋਨ ਬਰੋਥ ਨਾਲ ਤੋੜਨਾ। ਬੋਨ ਬਰੋਥ ਕੀ ਹੁੰਦਾ? ਜਿਹਨੂੰ ਆਪਾਂ ਸੂਪ ਕਹਿ ਦਿੰਦੇ ਹਾਂ, ਚਾਹੇ ਚਿਕਨ ਦੀ ਹੱਡੀਆਂ ਦਾ ਹੋਵੇ, ਚਾਹੇ ਬੀਫ ਦੀਆਂ ਦਾ ਹੋਵੇ, ਜਾਂ ਫਿਰ ਪਾਊਡਰ ਫੋਮ 'ਚ ਵੀ ਮਿਲ ਜਾਂਦਾ, ਚਾਹੇ ਗੋਟ ਦੀਆਂ ਹੱਡੀਆਂ ਦਾ ਹੋਵੇ। ਜੇ ਤੁਸੀਂ ਵੈਜੀਟੇਰੀਅਨ ਹੋ, ਨੌਨ ਵੈਜ ਨਹੀਂ ਕੁਛ ਲੈਣਾ, ਤਾਂ ਤੁਸੀਂ ਮਿਕਸ ਵੈਜੀਟੇਬਲ ਦਾ ਤੁਸੀਂ ਸੂਪ ਬਣਾ ਸਕਦੇ ਹੋ। ਇਕੁਅਲ ਤਾਂ ਸੋਲਿਡ ਮੀਲ ਨਹੀਂ ਦੇਣੀ, ਕਿਉਂਕਿ ਤੁਹਾਡਾ ਜਿਹੜਾ ਮੇਦਾ, ਤੁਹਾਡਾ ਜਿਹੜਾ ਡਾਈਜੈਕਸ਼ਨ ਸਿਸਟਮ ਆ, ਉਹ ਸਲੀਪ 'ਤੇ ਹੁੰਦਾ। ਸੋ ਉਹਨੂੰ ਇੱਕ ਬੇਕਅਪ ਕਾਲ ਦੇਣੀ ਆ ਤੁਸੀਂ, ਕਿ ਉੱਠ ਗਾਹਾਂ ਆਪਾਂ ਜਿਹੜੀ 1 ਮੀਲ ਜਿਹੜੀ ਆਪਾਂ ਨੋਰਮਲੀ ਮੀਲ ਕੋਈ ਸੋਲਿਡ ਲੈਣੀ ਹੁੰਦੀ ਆ, ਜਿਹਦੇ ਵਿੱਚ ਕਾਰਬ, ਪ੍ਰੋਟੀਨ, ਫੈਟ ਜਾਂ ਵੈਜੀਟੇਬਲ ਹੋਣੀਆਂ ਨੇ, ਪਰ ਉਹ ਤੋਂ 2 ਜਾਂ 3 ਘੰਟੇ ਪਹਿਲਾਂ ਤੁਸੀਂ ਬੋਨ ਬਰੋਥ ਜਾਂ ਜਿਵੇਂ ਮੈਂ ਕਿਹਾ ਸੌਰ ਕਰਾਊਟ ਜਾਂ ਕਿਮਚੀ, ਇਹ ਚੀਜ਼ਾਂ ਲੈ ਸਕਦੇ ਹੋ, ਤਾਂ ਕਿ ਆਪਾਂ ਨੂੰ ਪ੍ਰੋਬਾਇਓਟਿਕ ਵੀ ਮਿਲਣ, ਬੋਨ ਬਰੋਥ 'ਚੋਂ ਆਪਾਂ ਨੂੰ ਗਲਾਈਸਿਨ ਵੀ ਮਿਲੇ, ਜਾਂ ਕੋਈ ਫਰੂਟ ਲਓ ਨਾਲ, ਤਾਂ ਕਿ ਆਪਾਂ ਜਿਹੜੇ ਆਪਣੇ ਢਿੱਡ ਦੇ ਗੁੱਡ ਬੈਕਟੀਰੀਏ ਨੇ ਉੱਥੇ ਉਹਨਾਂ ਨੂੰ ਫੀਡ ਕਰ ਸਕੀਏ, ਤਾਂ ਹੀ ਆਪਾਂ ਲੌਂਗ ਫਾਸਟ ਦੇ ਜ਼ਿਆਦਾ ਬੈਨੀਫਿਟ ਲਵਾਂਗੇ। ਕਿਉਂਕਿ ਹੁਣ ਆਪਾਂ ਬੈਡ ਬੈਕਟੀਰੀਆ ਘਟਾਏ ਨੇ ਫਾਸਟ ਦੇ ਥਰੂ, ਅਤੇ ਆਪਾਂ ਚਾਹੁੰਦੇ ਜਦੋਂ ਵੀ ਫਿਰ ਆਪਾਂ ਫੂਡ ਖਾਈਏ, ਸਭ ਤੋਂ ਪਹਿਲਾਂ ਆਪਾਂ ਆਪਣੇ ਗੁੱਡ ਬੈਕਟੀਰੀਆ ਵਧਾਈਏ, ਪ੍ਰੋਬਾਇਓਟਿਕ ਦਈਏ, ਪ੍ਰੀਬਾਇਓਟਿਕ ਦਈਏ, ਵੈਜੀਟੇਬਲ ਖਾਈਏ, ਜਾਂ ਬੋਨ ਬਰੋਥ 'ਚੋਂ ਗਲਾਈਸਿਨ ਲਈਏ, ਢਿੱਡ ਦੀ ਹੈਲਥ ਸਹੀ ਹੋਵੇ। ਉਸ ਤੋਂ ਬਾਅਦ ਤੁਸੀਂ 1.5-2 ਘੰਟੇ ਬਾਅਦ ਰੋਕ ਕੇ ਇੱਕ ਸੋਲਿਡ ਮੀਲ ਲੈ ਲੈਣੀ ਆ। ਸੋ ਇਹ ਇੱਦਾਂ ਤੁਸੀਂ ਆਪਣਾ ਜਿਹੜਾ ਫਾਸਟ ਆ ਉਹ ਸਕਸੈਸਫੁਲੀ ਬ੍ਰੇਕ ਕਰ ਸਕਦੇ ਹੋ। ਜੇ ਆਪਾਂ ਫਾਸਟ ਵੀ ਕਰਿਆ, ਉਦੋਂ ਬਾਅਦ ਆਪਾਂ ਖਾਧਾ ਵੀ ਰੌਂਗ, ਫਿਰ ਜਿਹੜਾ ਆਪਾਂ ਬੈਨੀਫਿਟ ਲਿਆ ਸੀ ਢਿੱਡ ਦੇ ਬੈਕਟੀਰੀਆ ਲਈ ਜਾਂ ਇਨਫਲੋਮੇਸ਼ਨ ਲਈ ਜਾਂ ਹੋਰ ਬੈਨੀਫਿਟ ਲਈ, ਉਹ ਆਪਾਂ ਨੂੰ ਉਹਨੇ ਬੈਨੀਫਿਟ ਨਹੀਂ ਹੋਣੇ। ਸੋ ਜਦੋਂ ਆਪਣਾ ਫਾਸਟ ਤੋੜਨਾ, ਇਹ ਚੀਜ਼ਾਂ ਨਾ ਤੋੜੋ, ਅਤੇ ਉਸ ਤੋਂ ਬਾਅਦ ਆਪਣੀ ਬੈਲਸ ਨਿਊਟ੍ਰੀਸ਼ਨ ਰਿਚ ਮੀਲ ਲਓ, ਜਿਹਦੇ ਵਿੱਚ ਕੰਪਲੈਕਸ ਕਾਰਬ, ਹੈਲਦੀ ਪ੍ਰੋਟੀਨ ਹੋਣਾ ਚਾਹੀਦਾ, ਗਰਾਸ ਫੀਡ ਜਾਂ ਔਰਗੈਨਿਕ, ਜਾਂ ਫਿਰ ਪਨੀਰ ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਵੈਜੀਟੇਬਲ ਹੋਣੇ ਚਾਹੀਦੇ ਨੇ, ਤਾਂ ਕਿ ਪੋਟਾਸ਼ੀਅਮ ਮਿਲੇ ਆਪਾਂ ਨੂੰ, ਕਿਉਂਕਿ ਪੋਟਾਸ਼ੀਅਮ ਡਬਲੀਟ ਹੁੰਦਾ ਆਪਣਾ ਫਾਸਟ ਟਾਈਮ ਦੇ ਵਿੱਚ। ਗ੍ਰੀਨ ਬੀਨ, ਬਰੋਕਲੀ, ਗੋਭੀ, ਹੈ ਨਾ, ਕੋਈ ਵੀ ਇੱਦਾਂ ਦੀ ਤੁਸੀਂ ਗ੍ਰੀਨ ਵੈਜੀਟੇਬਲ ਲੈ ਸਕਦੇ ਹੋ। ਸੋ ਇਹੀ ਸੀਗੀ ਤੁਹਾਡੇ ਲਈ ਅੱਜ ਦੀ ਫਾਸਟਿੰਗ ਬਾਰੇ ਇਨਫੋਰਮੇਸ਼ਨ। ਹੁਣ ਆਪਾਂ ਮਿਲਦੇ ਹਾਂ ਕੋਈ ਨੈਕਸਟ ਵੀਡੀਓ 'ਚ। ਦਿਸ ਇਜ਼ ਹੈਰੀ ਮਡੇਰ, ਵਾਹਿਗੁਰੂ ਮੇਰੇ ਕਰੇ, ਲਵ ਯੂ ਆਲ, ਟੇਕ ਕੇਅਰ ਜੀ।